ਵਾਹਿਗੁਰੂ ਖਾਲਸਾ ਜੀ ਫਤਿਹ। ਇੱਕ UN ਜਥੇਬੰਦੀ ਹੈ ਜਿਹੜੀ ਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੀ ਹੈ, ਪਰ ਉੱਥੇ ਹਿਸਾਬ ਸੇ ਚੱਲਦੀ ਹੈ। UN ਦਾ ਜਿਹੜਾ ਚੀਫ ਗੋਟਰੇਜ, ਉਹ ਵੀ ਇੱਕ ਸਿਆਸੀ ਬੰਦਾ ਹੈ, ਉਹ ਵੀ ਨੋਟ ਛਾਪਦਾ ਹੈ ਅਤੇ ਵੋਟ ਛਾਪਦਾ ਹੈ, ਅਤੇ ਕਦੇ ਅਮੈਰੀਕਾ ਨਾਲ ਰਲ ਜਾਂਦਾ ਹੈ, ਕਦੇ ਰਸ਼ੀਆ ਨਾਲ ਰਲ ਜਾਂਦਾ ਹੈ, ਕਦੇ ਯੂਕਰੇਨ ਨਾਲ, ਜਿੱਥੋਂ ਪੈਸੇ ਮਿਲਦੇ ਨੇ ਉਹਨਾਂ ਨਾਲ ਰਲ ਜਾਂਦਾ ਹੈ। ਅਤੇ ਇਹ ਲੋਕ ਹੋਟਲਾਂ 'ਚ ਪਾਰਟੀਆਂ ਕਰਦੇ ਨੇ, ਸ਼ਰਾਬਾਂ ਪੀਂਦੇ ਨੇ, ਯਾਸ਼ੀ ਕਰਦੇ ਨੇ, ਜਿਹੜੇ ਆਪ ਹੀ ਕੰਜਰ ਨੇ ਉਹਨਾਂ ਸੁਲਾਹ ਕੀ ਕਰਾਉਣੀ। ਸੋ ਅੱਜ ਤੋਂ ਮੈਂ ਡਿਕਲੇਅਰ ਕਰਦਾ ਹਾਂ ਕਿ ਗੋਟਰੇਜ ਨੂੰ ਬਰਖਾਸਤ ਜਾਂਦਾ ਹੈ। ਅਤੇ ਬ੍ਰੇਕਿੰਗ ਨਿਊਜ਼ ਇਹ ਹੈ ਕਿ ਦਾਸ ਨੂੰ, ਸਰਦਾਰ ਸੁਰਜੀਤ ਸਿੰਘ ਜੀ ਲੁਧਿਆਣਾ ਵਾਲੇ, ਇਹਨਾਂ ਨੂੰ ਚੁਣਿਆ ਜਾ ਰਿਹਾ ਹੈ UN ਦਾ ਚੀਫ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਪੂਰੇ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ 'ਤੇ, ਬਾਈਬਲ 'ਤੇ, ਗੀਤਾ 'ਤੇ, ਕੁਰਾਨ ਸ਼ਰੀਫ 'ਤੇ ਅਤੇ ਹੋਰ ਧਰਮ ਗ੍ਰੰਥਾਂ 'ਤੇ ਚਲਾਇਆ ਜਾਏ ਅਤੇ ਸਾਰੀ ਹਿਊਮੈਨਿਟੀ ਸੁਖੀ ਵਸੇ, ਸਰਬੱਤ ਦਾ ਭਲਾ। ਅਤੇ ਮੈਂ ਕੋਸ਼ਿਸ਼ ਕਰਾਂਗਾ ਜਿੰਨੀਆਂ ਬਾਰਡਰਸ ਨੇ ਮਿਟਾ ਦਿੱਤੇ ਜਾਣ, ਅਤੇ ਕੋਈ ਪਾਸਪੋਰਟ ਦੀ ਲੋੜ ਨਹੀਂ, ਕੋਈ ਵੀਜ਼ੇ ਦੀ ਲੋੜ ਨਹੀਂ, ਸਾਰਾ ਸੰਸਾਰ ਇੱਕ ਪਰਿਵਾਰ ਹੈ। ਬਾਬੇ ਨਾਨਕ ਨੇ ਏਸ਼ੀਆ ਦਾ ਨਹੀਂ ਸਰਜੋਲ ਚੱਕਰ ਲਾਇਆ ਸੀ, ਵਾਹਿਗੁਰੂ ਵਾਹਿਗੁਰੂ। ਸੋ ਅੱਜ ਤੋਂ ਦਾਸ ਨੂੰ ਬਣਿਆ ਚੁਣਿਆ ਗਿਆ UN ਦਾ ਚੀਫ, ਅੱਜ ਸਾਰਾ ਸੰਸਾਰ ਮੈਨੂੰ ਵਧਾਈਆਂ ਦੇ ਰਿਹਾ, ਅਤੇ ਤੁਸੀਂ ਦੇ ਦੇਣਾ, ਅਤੇ ਫਿਰ ਪਾਰਟੀ ਸ਼ਾਰਟੀ ਕਰਾਂਗੇ। ਸ਼ਰਾਬ ਦੀ ਨਹੀਂ, ਅਯਾਸ਼ੀ ਦੀ ਨਹੀਂ, ਮੁਰਗਿਆਂ ਦੀ ਨਹੀਂ, ਓਨਲੀ ਮੁੱਛ ਮਰੋੜ ਚਾਹ ਅਤੇ ਨਾਲ ਪਨੀਰ ਪਕੌੜੇ ਅਤੇ ਵੈਜ ਪਕੌੜੇ, ਅਤੇ ਜੋ ਹੋਰ ਕੁਛ ਪੀਜ਼ਾ ਵਗੈਰਾ ਖਾਣਾ ਜੀ, ਜਾਂ ਨੂਡਲਸ ਉਹ ਮੰਗਾ ਲਵਾਂਗੇ। ਅਤੇ ਬਾਕੀ ਮੈਂ ਪੈਨਸ਼ਨਰ ਬੰਦਾ, ਅਤੇ ਕੋਈ ਐਸੀ ਗੱਲ ਨਹੀਂ, ਜਿੰਨਾ ਹੋਇਆ ਮੈਂ ਖਰਚ ਕਰਦਾ, ਕੋਈ ਤੁਸੀਂ ਕਰ ਲਿਓ, ਪੰਜਾਬੀਆਂ ਗੁੰਡਿਆਂ ਦਾ ਬੜਾ ਹੀ ਸੁਨੇਹਾਲਾ ਜੀ। ਸਤਿ ਸ਼੍ਰੀ ਅਕਾਲ।